ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗਦਰ ਪਾਰਟੀ ਦਾ ਸਾਰਾ ਇਤਿਹਾਸ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ, ਅਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਕਰ ਕਰ ਰਹੇ ਸੀ ਕਿ ਕਿਵੇਂ ਗਦਰ ਪਾਰਟੀ ਦੇ ਸਾਰੇ ਮੈਂਬਰ ਜਿਹੜੇ ਸੀਗੇ ਉਹਨਾਂ ਵਿੱਚੋਂ ਖਾਸ ਤੌਰ 'ਤੇ ਜਿਹੜੇ ਮੋਢੀ ਆਗੂ ਸੀ ਜਿਹਨਾਂ 'ਚ ਬਾਬਾ ਸੋਹਣ ਸਿੰਘ ਪਕੜਾ ਹੁੰਦਾ ਜ਼ਿਕਰ ਕੀਤਾ ਜਾ ਸਕਦਾ ਹੈ, ਕਿ ਉਹ ਯੋਕੋਹੋਮਾ ਤੋਂ ਹੁੰਦੇ ਹੋਏ ਫਿਰ ਵੱਖ ਵੱਖ ਜਗ੍ਹਾ 'ਤੇ ਸ਼ਿੰਗਾਈ, ਹਾਂਗਕਾਂਗ ਭਾਰਤ ਨੂੰ ਜਾ ਰਹੇ ਸੀਗੇ, ਆਪਣੀਆਂ ਗਦਰ ਪਾਰਟੀ ਦੀਆਂ ਇਕਾਈਆਂ ਵੱਖ ਵੱਖ ਸ਼ਹਿਰਾਂ ਵੱਖ ਵੱਖ ਦੇਸ਼ਾਂ ਦੇ ਵਿੱਚ ਸਥਾਪਿਤ ਕਰਦੇ ਹੋਏ, ਅਤੇ ਉਹਨਾਂ ਤੋਂ ਪਿੱਛੋਂ ਹੀ ਕਰਤਾਰ ਸਿੰਘ ਸਰਾਭਾ ਹੁਣੇ ਵੀ ਜਿਹੜੇ ਨੇ ਉਹਨਾਂ ਨੂੰ ਆ ਮਿਲਦੇ ਨੇ ਗਦਰ ਦੇ ਵਿੱਚ ਉਹਨਾਂ ਦਾ ਸਾਥ ਦੇਣ ਲਈ। ਅਤੇ ਆਓ ਜੀ ਅਗਲੀ ਗੱਲਬਾਤ ਡਾਕਟਰ ਵਰਿਆਮ ਸਿੰਘ ਸੰਧੂ ਉਹਨਾਂ ਦੇ ਨਾਲ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ। ਸ਼ੁਕਰੀਆ। ਜਿਵੇਂ ਕਿ ਪਿਛਲੇ ਕੁਝ ਪ੍ਰੋਗਰਾਮਸ ਦਾ ਵਿੱਚ ਆਪਾਂ ਜ਼ਿਕਰ ਕਰਦੇ ਆ ਰਹੇ ਹਾਂ ਕਿ ਜਦੋਂ ਗਦਰੀਆਂ ਨੇ ਮਿਥਿਆ ਸੀਗਾ ਕਿ ਜਦੋਂ ਜੰਗ ਲੱਗੇਗੀ, ਪਹਿਲੀ ਸੰਸਾਰ ਜੰਗ, ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਵੀ 5-6 ਸਾਲ ਬਾਅਦ ਲੱਗੇਗੀ, ਲੇਕਿਨ ਉਹ 5-6 ਮਹੀਨੇ ਪਿੱਛੋਂ ਹੀ ਲੱਗ ਜਾਂਦੀ ਹੈ। ਅਤੇ ਫਿਰ ਜਦੋਂ ਬਾਬਾ ਸੋਹਣ ਸਿੰਘ ਪਕਨਾ ਅਤੇ ਕਰਤਾਰ ਸਿੰਘ ਸਰਾਭਾ ਹੁਣੀ ਭਾਰਤ ਵੱਲ ਰਵਾਨਾ ਹੋ ਜਾਂਦੇ, ਅਤੇ ਉਸ ਤੋਂ ਪਿੱਛੋਂ ਹੋਰ ਕਿਹੜੇ ਗਦਰੀ ਜਿਹੜੇ ਆ ਜਾਂ ਹੋਰ ਕਿਹੜੇ ਗਦਰੀਆਂ ਦੇ ਜਹਾਜ਼ ਭਰ ਕੇ ਭਾਰਤ ਵੱਲ ਆਉਂਦੇ ਨੇ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਇਹ ਆਪਾਂ ਜਿਵੇਂ ਪਹਿਲਾਂ ਗੱਲ ਕਰ ਚੁੱਕੇ ਕਿ ਬਾਬਾ ਪਕਨਾ ਹਾਂਗਕਾਂਗ ਤੱਕ ਪਹੁੰਚ ਗਏ ਸੀਗੇ, ਅਤੇ ਉਸ ਵੇਲੇ ਤੱਕ ਜਦੋਂ ਹਾਂਗਕਾਂਗ ਪਹੁੰਚਦੇ ਨੇ ਅਤੇ ਉਸ ਵੇਲੇ ਤੱਕ ਕਨੇਡਾ ਤੋਂ ਜਿਹੜੇ ਸਾਡੇ ਗਦਰੀ ਸਨ ਉਹ ਵੀ ਉੱਥੇ ਪਹੁੰਚ ਗਏ ਸੀਗੇ ਉਸ ਵੇਲੇ ਤੱਕ। ਅਮਰੀਕਾ ਪਹੁੰਚ ਗਏ ਸੀ? ਨਹੀਂ, ਹਾਂਗਕਾਂਗ ਪਹੁੰਚ ਗਏ ਸੀ, ਕਨੇਡਾ ਵਾਲਿਆਂ ਦੇ ਜਹਾਜ਼ ਜਿਹੜੇ ਸੀਗੇ ਨਾ ਉਹ ਵੀ ਹਾਂਗਕਾਂਗ ਪਹੁੰਚ ਚੁੱਕੇ ਸੀਗੇ, ਅਤੇ ਉੱਥੇ ਕਾਫੀ ਦੇਰ ਰੋਕਣਾ ਪੈਂਦਾ ਸੀਗਾ ਕਿਉਂਕਿ ਉੱਥੇ ਜਹਾਜ਼ ਜਿਹੜਾ ਸੀ ਕਿਤੇ ਬਦਲਣੇ ਪੈਂਦੇ ਸੀ ਆ ਕੇ, ਅਤੇ ਜਹਾਜ਼ ਜਿਹੜੇ ਸੀ ਕਿਉਂਕਿ ਜੰਗ ਲੱਗੀ ਹੋਈ ਸੀ ਅਤੇ ਇਹ ਬਹਾਨਾ ਲਾਇਆ ਜਾਂਦਾ ਸੀ ਕਿ ਜੰਗ ਲੱਗੀ ਹੋਣ ਕਰਕੇ ਜਹਾਜ਼ ਨਹੀਂ ਗੇ ਮਿਲਦੇ। ਦੂਜੀ ਗੱਲ ਇਹ ਸੀ ਕਿ ਉਹ ਕਹਿੰਦੇ ਸੀ ਕਿ ਸਾਰਿਆਂ ਨੂੰ ਇਕੱਠੇ ਨਹੀਂ ਜਾਣ ਦੇਣਾ, 20-20 ਦੀ ਟੋਲੀ ਵਿੱਚ ਜਾਣ ਦੀ ਆਗਿਆ ਮਿਲੇਗੀ। ਤੀਜਾ ਡਰ ਉਹ ਇਹ ਦਿੰਦੇ ਸੀਗੇ ਕਿ ਇਸ ਕਰਕੇ ਥੋੜ੍ਹੇ ਥੋੜ੍ਹੇ ਜਾਣ ਦੀ ਆਗਿਆ ਦਿੱਤੀ ਜਾਵੇਗੀ ਕਿਉਂਕਿ ਜਿਹੜਾ ਜਰਮਨ ਦਾ ਜਹਾਜ਼ ਐਮਡਨ ਹੈਗਾ ਆ ਉਹ ਡੋਬ ਰਿਹਾ ਆ ਜਹਾਜ਼ਾਂ ਨੂੰ, ਉਹਦਾ ਵੀ ਖਤਰਾ ਹੈਗਾ। ਅਤੇ ਉੱਥੋਂ ਖੈਰ ਉੱਥੇ ਬਾਬਾ ਪਕਨਾ ਹੋਣਾ ਨੇ ਅਤੇ ਉਹਦੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਸੀ ਕਿ ਉਹ ਜ਼ੋਰ ਦਿੱਤਾ, ਅਤੇ ਉਦੋਂ ਬਾਅਦ ਫਿਰ ਉਹ ਅੱਗੇ ਤੁਰੇ ਨੇ ਅਤੇ ਫਿਰ ਉਹ ਸਿੰਗਾਪੁਰ ਵੀ ਗਏ ਆ ਅਤੇ ਅਗਲੇ ਪਾਸੇ ਦੀ ਹੁੰਦੇ ਹੋਏ ਅਤੇ ਉਹਨਾਂ ਦਾ ਜਿਹੜਾ ਜਹਾਜ਼ ਸੀ ਨਾ ਨਾਮਸੰਗ ਜਿਹੜਾ ਉਹ ਜਦੋਂ ਕਲਕੱਤੇ ਪਹੁੰਚਦਾ ਅਤੇ ਕਿਉਂਕਿ ਸਾਰੀਆਂ ਖਬਰਾਂ ਪਹਿਲਾਂ ਮਿਲ ਚੁੱਕੀਆਂ ਸਨ CID ਨੂੰ, ਅਤੇ ਉੱਥੇ ਜਹਾਜ਼ ਦੇ ਉੱਤੇ ਹੀ ਆ ਕੇ ਉਹਨਾਂ ਨੇ ਸਾਰੇ ਜਿਹੜੇ ਬੰਦੇ ਸੀਗੇ ਉਹਨਾਂ ਦੀ ਲਿਸਟ ਬਣਾ ਲਈ ਸੀ। ਪਹਿਲਾਂ ਹੀ ਹਾਂਗਕਾਂਗ 'ਤੇ ਬਣਾ ਲੈਂਦੇ ਸੀ, ਇੱਕ ਤਰ੍ਹਾਂ ਦਾ ਚੈੱਕ ਪੋਸਟ ਸੀ ਹਾਂਗਕਾਂਗ, ਉੱਥੇ ਹੀ ਪੁਲਿਸ ਦੇ ਬੰਦੇ ਜਿਹੜੇ ਸੀ ਪੰਜਾਬ ਪੁਲਿਸ ਦੇ ਉਹ ਵੀ ਗਏ ਹੋਏ ਸੀਗੇ ਅਤੇ ਉਹ ਪੂਰੇ ਦਾ ਪੂਰਾ ਰਿਕਾਰਡ ਜਿਹੜਾ ਸੀ ਕਿਤੇ ਉਹ ਉਤਾਰ ਲੈਂਦੇ ਸੀ ਉਹਨਾਂ ਬੰਦਿਆਂ ਦਾ। ਕੁਝ ਰਿਕਾਰਡ ਉਹਨਾਂ ਨੂੰ ਪਿੱਛੋਂ ਮਿਲਿਆ ਹੋਇਆ ਸੀਗਾ, ਜਿਵੇਂ ਹਾਪਕਿਨਸਨ ਅਤੇ ਬੇਲਾ ਸਿੰਘ ਹੁਣੀ ਕਨੇਡਾ ਵਾਲੇ ਜਿਹੜੇ ਲੋਕ ਜਦੋਂ ਤੁਰ ਰਹੇ ਸੀਗੇ ਅਤੇ ਬੇਲਾ ਸਿੰਘ ਹੁਣੀ ਰੋਕ ਰਿਹਾ ਸੀ ਵੀ ਤੁਸੀਂ ਜਾਓ ਨਾ ਵਾਪਸ ਜੀ, ਹੈ ਨਾ, ਅਤੇ ਜੇ ਤੁਸੀਂ ਜਾਓਗੇ ਤਾਂ ਤੁਹਾਡੇ ਨਾਂ ਪਤੇ ਸਾਰੇ ਉੱਥੇ ਦੇ ਦਿੱਤੇ ਜਾਣਗੇ ਅਤੇ ਤੁਹਾਨੂੰ ਜਾਂਦਿਆਂ ਫੜ ਕੇ ਫਾਂਸੀ ਲਾ ਦਿੱਤੀ ਅਗਲੇ। ਤਾਂ ਵਾਕਈ ਨਾਂ ਪਤੇ ਉਹ ਸਾਰੇ ਹਾਪਕਿਨਸਨ ਨੂੰ ਲਿਖਾ ਦਿੰਦਾ ਸੀਗਾ, ਹਾਪਕਿਨਸਨ ਜਿਹੜਾ ਉਹ ਅੱਗੇ ਫਾਰਵਰਡ ਕਰ ਦਿੰਦਾ ਸੀਗਾ ਭਾਰਤ ਦੀ CID ਨੂੰ। ਤਾਂ ਇਸ ਤਰੀਕੇ ਨਾਲ ਸਾਰੀਆਂ ਗੱਲਾਂ ਜਿਹੜੀਆਂ ਸਨ ਨਾ ਉਹ ਭਾਰਤ ਦੀ CID ਤੱਕ ਪਹੁੰਚੀਆਂ ਹੋਈਆਂ ਸੀਗੀਆਂ। ਤਾਂ ਇਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜੇ ਬਾਬਾ ਪਕਨਾ ਦੇ ਨਾਲ ਗਏ ਹੋਏ ਬੰਦੇ ਸੀਗੇ 85 ਬੰਦੇ ਜਿਹੜੇ ਸੀ ਉਹਨਾਂ ਨੇ ਇੱਕ ਪਾਸੇ ਗੱਡੀ 'ਚ ਬਿਠਾ ਲਏ ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੁਝ ਇੱਕ ਨੂੰ ਪਿੰਡ ਦੀਆਂ ਜੂਹਾਂ ਦੇ ਵਿੱਚ ਨਜ਼ਰਬੰਦ ਕਰ ਲਿਆ। ਠੀਕ ਹੈ, ਇਹ ਤਾਂ ਸੀ ਪਹਿਲੇ ਟੋਲੇ ਜਿਹੜੇ ਸੀ। ਉੱਧਰੋਂ ਕਰਤਾਰ ਸਿੰਘ ਸਰਾਭਾ ਜਿਹੜਾ ਸੀਗਾ ਉਹ ਵੱਖਰੇ ਇੱਕ ਜਹਾਜ਼ ਦੇ ਵਿੱਚ ਉਹ ਕੋਲੰਬੋ ਦੇ ਰਾਹੀਂ ਭਾਰਤ ਵਿੱਚ ਚਲੇ ਗਿਆ। ਠੀਕ ਹੈ, ਜਦੋਂ ਇਹ ਇਸ ਦੌਰ ਦੇ ਵਿੱਚ ਇਹ ਚਲੇ ਜਾਂਦੇ ਆ ਅਤੇ ਉੱਧਰੋਂ ਆਪਾਂ ਅਮਰੀਕਾ ਵਾਲੇ ਪਾਸੇ ਜੇ ਪਰਤੀਏ ਤਾਂ ਆਪਾਂ ਪਿੱਛੇ ਸੰਕੇਤ ਕਰ ਆਏ ਸੀਗੇ ਕਿ ਜਦੋਂ 5 ਅਗਸਤ ਨੂੰ ਐਲਾਨੇ ਜੰਗ ਹੁੰਦਾ ਆ ਗਦਰ ਪਾਰਟੀ ਵੱਲੋਂ ਅਤੇ ਵੱਖ ਵੱਖ ਥਾਵਾਂ 'ਤੇ ਵੱਡੀਆਂ ਕਾਨਫਰੰਸਾਂ ਹੋਈਆਂ। 5 ਅਗਸਤ 1915 ਨੂੰ ਜੀ? ਨਹੀਂ, 1914 ਨੂੰ। 1914 ਨੂੰ 5 ਅਗਸਤ 1914 ਨੂੰ ਜਿਹੜੀ ਸੀਗੀ ਉਹ ਜਦੋਂ ਪਾਰਟੀ ਜਿਹੜੀ ਆ ਉਹ ਆਪਣਾ ਐਲਾਨੇ ਜੰਗ ਕਰਦੀ ਕਿ ਅਸੀਂ ਹੁਣ ਜਰਮਨ ਨੇ ਹਮਲਾ ਕਰ ਦਿੱਤਾ ਆ ਅਤੇ ਬਰਤਾਨੀਆ ਦੀ ਉਹਦੇ ਨਾਲ ਲੜਾਈ ਹੈਗੀ ਆ ਅਤੇ ਸਾਨੂੰ ਇਸ ਮੌਕੇ ਦਾ ਲਾਭ ਲੈਣਾ ਚਾਹੀਦਾ ਅਤੇ ਇਹਦੇ ਵਾਸਤੇ ਉਤਸ਼ਾਹ ਦੇਣ ਵਾਸਤੇ ਹੁਲਾਰਾ ਦੇਣ ਵਾਸਤੇ ਭੇਜਣ ਦੇ ਵਾਸਤੇ
तीन चार पाँच सत्त अठ थावां ते वड्डियां वड्डियां मीटिंगां होईयां जिन्हां विच बहुत वड्डियां मीटिंग सी। एक पोर्टलैंड विच हुंदी आ, इह हुंदी आ 7 अगस्त नूं, ते पोर्टलैंड तों बाद हुंदी आ एक मीटिंग अगे 9 अगस्त नूं हुंदी आ फ्रिजनो दे विच। जिहड़ी फ्रिजनो दे विच हुंदी आ उहदे विच कहा गया कि 600-700 बंदा जिहड़ा सी शामिल सीगा, ते उहदे विचों 250-300 बंदे ने उस वेले जदों जिहड़े रामचंद भाई भगवान सिंह बरकतुल्ला होरां ने अपने भाषण किए भी तुहानू जाना चाहिए मौका आ गया सानू इस मौके का लाभ उठाना चाहिए, 250-300 बंदे ने अपने जिहड़े नाम सी कि नहीं उह जाण वास्ते भी पेश किए। इस तो बाद अगली जिहड़ी कानफ्रेंस वड्डी हुंदी आ उह हुंदी आ सैक्रामेंटो दे विच, इह हुंदी आ 10 या 11 अगस्त किसी 10 अगस्त लिखा किसी थान पर 11 अगस्त लिखा हैगा। जिहड़ियां रिपोर्ट्स ने वो कहिंदियां कि 6000 के करीब बहुत वड्डी गिणती है, क्योंकि साढ़े लोग जिहड़े सन वो 6000 की गिणती एक थान उत्ते इकट्ठे होना यह बड़ी वड्डी गल सी। और उस वेले जदों उन्हां नूं देश जाण दा सद्दा दित्ता गया तो लगभग $6,000 भी हथियारां वास्ते ते किराए वास्ते इकट्ठा किया गया, और उन्हां नूं कहा गया कि जिहड़ा सैन फ्रांसिस्को तो जहाज़ जाने लई तैयार आ ते तुहानूं तैयार होना चाहिए, तो तुसीं अपनियां जायदादां ते अपना धन दौलत जिहड़ा कि नहीं उह पार्टी नूं सौंप के ते तुसीं जाण दी तैयारी करो जी। ये जड़ियां गल्लां ने ना ये जड़ा तो बस स्टॉकटन दे विच भी कई मीटिंग्स होंदियां ने इहदे हवाले जिहड़े ने ये वख वख उस वेले दी जिहड़ियां रिपोर्ट्स ने जिवें मतलब पोर्टलैंड टैलीग्राफ अखबार जिहड़ी आ उहदे विच एक रिपोर्ट छपदी आ जिहड़े कहिंदे ने कि इत्थों साडे जिहड़ी भी कोई गड्डी जा रही ट्रेन जा रही आ दक्षण वाले पासे जां बेड़ी जा रही आ उह हिंदियां दे नाल भरी होई आ, ते इस तरह लगदा है कि थोड़े दिनों के विच ही इस इलाके दे विचों सारे दे सारे हिंदी निकल जाएंगे। इस तरह ही नाले लिहा कि हेमंड मिलां जिहड़ियां निकनी उन्हां विचों भी बहुत सारे लोग जा चुके ने ते बाकी भी जाण वाले ने, और ये कहा गया कि उत्थे सैन फ्रांसिस्को दे विच एक जहाज़ जाण वाला ते ये उस जहाज़ विच सवार होने वास्ते उत्थे इंडिया नूं जाण वास्ते तैयार होए पए ने। सो डॉक्टर साहब आप सारी गलबात होर अगे विस्तार दे नाल जानते हैं क्योंकि कैनेडा तो भी 1914-15 के सालों बहुत सारे जिहड़े सीगे अपने प्रवासी भारती जिहड़े सी उत्थों जहाज़ां दे जहाज़ भर के इंडिया नूं गए सीगे। सो मैं अगली गलबात जानते लेकिन समा ब्रेक का हो गया जी, सो इस ब्रेक तो बाद अगली जानकारी डॉक्टर संधू हुणा को लवांगे, तुसीं कितें जाणा ना जी। ब्रेक तो बाद एक बार फिर थोड़ा सारे का स्वागत है जी प्रोग्राम प्राइम हिस्टरी दे विच, ते ब्रेक तो पहला डॉक्टर संधू सानू दस रहे सी कि किवें गदर पार्टी ने अमरीका की धरती के उपर और कैनेडा की धरती के उपर भी नाल दी नाल लोगों नू जागृत किया अपने नाल जोड़िया, ते फिर जो 1914-15 के सालों के इतों जहाज़ों के जहाज़ भर के भारत को रवाना हुए। आओ जी अगली गलबात डॉक्टर संधू हुणा दे नाल करदे हां। डॉक्टर साहब ब्रेक तो पहले तुसीं दस्या कि किवें वक् वक् मीटिंगां जिहड़ियां जी अमरीका की धरती के उपर वक् वक् शहरां दे विच होईयां ते हज़ारां की गिणती दे विच जिहड़े लोग सी उन्होंने भारत जाण दा मन बनाया जी जी। कैनेडा तो भी गए अमरीका तो भी गए ते होर सरकारी रिपोर्टां, मेरा सवाल है कि होर सरकारी रिपोर्टां की दसदियां ने, ते नाल दी नाल ही जुड़वा मेरा यह सवाल यह आ कि ये लोग सारे रोजी रोटी वास्ते कैनेडा अमरीका की धरती के उपर आए सी पर गदर पार्टी ने जां गदर अखबार ने जागृत किया पर लोग गदर पार्टी दे नाल जुड़े और इन्हां दा सुनेहा लै के वापस भारत नूं गए। सो इन्नी हज़ारां दी गिणती दे विच गए, सो एडे वड्डे पद्धर दे उपर कनेडा अमरीका दी धरती दे उपर गदर पार्टी ने जागृति फैला दित्ती सी जां लोकां दे देश भगती दा इन्ना जज्बा जाग गया सी कि उह अपणियां इन्नी पहलां तां इन्नी मुश्किलां नाल इत्थे आए ते फिर सारा कुछ छड्ड छडा के जहाज़ां दे जहाज़ भर के भारत नूं चले गए। बड़ी दिलचस्प गल है, तुसीं मैं इस हवाले नाल ही तुहाडे नाल गल करदा पर रिपोर्टां दी जिवें गल करदे पए सीगे। मसलन एक ज़रैती कॉलेज दे विच पढ़ाउण वाला प्रोफेसर सी ओरेगन दे विच जी, वह अपनी माँ नूं चिट्ठी लिखदा जिहड़ियां CID नूं चिट्ठियां जिहड़ियां ने मिलियां ने, वह अपनी माँ नूं चिट्ठी लिखदा कहिंदा कि जिहड़े कॉलेज विच मैं इत्थे पढ़ाउणा इत्थे बहुत सारे हिंदी विद्यार्थी पढ़दे सीगे जी, पर सारे हिंदी विद्यार्थी जिहड़े ने ना
ਇਹ ਹੌਲੀ ਹੌਲੀ ਇੱਥੋਂ ਆਪਣੀ ਪੜ੍ਹਾਈ ਛੱਡ ਕੇ ਅਤੇ ਹਿੰਦੁਸਤਾਨ ਨੂੰ ਜਾਣੇ ਸ਼ੁਰੂ ਹੋ ਗਏ ਨੇ ਜੀ। ਔਰ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਜਾ ਕੇ ਇਨਕਲਾਬ ਕਰਾਂਗੇ ਅਤੇ ਬਹੁਤ ਹੀ ਇਸ ਵੇਲੇ ਗਰਮ ਮਾਹੌਲ ਹੈਗਾ ਔਰ ਇੱਥੇ ਕੋਈ ਵੀ ਭਾਰਤੀ ਅਤੇ ਹਿੰਦੀ ਜਿਹੜਾ ਟਿਕਿਆ ਨਹੀਂ ਰਹਿਣਾ ਚਾਹੁੰਦਾ ਉਹ ਆਪਣੇ ਦੇਸ਼ ਵਿੱਚ ਜਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਰਗਰਮ ਹੈ। ਇੱਦਾਂ ਦੀ ਰਿਪੋਰਟ ਇਸੇ ਤਰ੍ਹਾਂ ਹੀ ਸੀ ਆਈ ਡੀ ਨੂੰ ਇੱਕ ਚਿੱਠੀ ਮਿਲਦੀ ਆ ਕਿਸੇ ਗਦਰੀ ਦੀ ਜਿਹੜੀ ਕਿ ਅਮਰੀਕਾ ਵਿੱਚੋਂ ਲਿਖੀ ਹੋਈ ਹੈ ਆਪਣੀ ਪਤਨੀ ਨੂੰ। ਉਹਨੇ ਕਿਹਾ ਕਿ ਗਦਰ ਆਉਣ ਵਾਲਾ ਹੈ, ਅਸੀਂ ਬੰਦੂਕਾਂ ਅਤੇ ਤਲਵਾਰਾਂ ਲੈ ਕੇ ਆਵਾਂਗੇ, ਮਰਾਂਗੇ ਜਾਂ ਮਾਰਾਂਗੇ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਜੀ, ਜਿਉਂਦੇ ਰਹੇ ਅਤੇ ਜ਼ਰੂਰ ਮਿਲਾਂਗੇ। ਇਹ ਇਹ ਗੱਲ ਜਿਹੜੀ ਹੈ ਇਹ ਤੁਸੀਂ ਇੱਥੋਂ ਦੇਖਦੇ ਹੋ ਵੀ ਕਿਵੇਂ ਤਾਂ ਸੀਗੇ। ਇਸੇ ਤਰ੍ਹਾਂ ਇੱਕ ਹੋਰ ਚਿੱਠੀ ਜਿਹੜੀ ਹੈ ਇੱਕ ਆਪਣੇ ਦੋਸਤ ਨੂੰ ਕੋਈ ਲਿਖਦਾ, 86 ਪਲਟਨ ਵਾਲਾ ਜਿਹੜਾ ਉੱਥੇ ਕੰਮ ਕਰਦਾ ਸੀ ਸਿਪਾਹੀ, ਉਹਨੂੰ ਇੱਥੋਂ ਚਿੱਠੀ ਜਾਂਦੀ ਆ, ਉਹਨੂੰ ਵੀ ਉਹਨੇ ਕਿਹਾ ਕਿ ਅਸੀਂ ਕਨੇਡਾ ਅਮਰੀਕਾ ਵਾਲੇ ਧਾਈ ਕਰਕੇ ਆ ਰਹੇ ਹਾਂ, ਮਰਨ ਮਾਰਨ ਵਾਸਤੇ ਤਿਆਰ ਹਾਂ, ਤੁਸੀਂ ਸਾਡਾ ਸਾਥ ਦੇਣ ਵਾਸਤੇ ਤਿਆਰ ਰਹੋ। ਇਸੇ ਤਰ੍ਹਾਂ ਹੀ ਵਿਕਟੋਰੀਆ ਤੋਂ ਨਾ ਇੱਕ ਗੋਰੇ ਨੇ ਉੱਥੋਂ ਦਾ ਜਿਹੜਾ ਜੰਗੀ ਮਿਨਿਸਟਰ ਹੈ, ਜੰਗ ਦਾ ਮਿਨਿਸਟਰ ਫਰਜ਼ ਕਰੋ, ਡਿਫੈਂਸ ਮਿਨਿਸਟਰ ਜਿਹਨੂੰ ਆਪਾਂ ਕਹਿੰਦੇ ਹਾਂ ਕਿਉਂਕਿ ਜੰਗੀ ਮਿਨਿਸਟਰ ਇਹਦਾ ਇਸ ਹਵਾਲੇ ਨਾਲ ਲਿਖਿਆ ਹੋਇਆ ਵਾ। ਗਦਰ ਪਾਰਟੀ ਲਹਿਰ ਵਿੱਚ ਭਾਈ ਜਗਜੀਤ ਸਿੰਘ ਉਹਨਾਂ ਨੇ ਜਿਹੜੀ ਪਹਿਲੀ ਕਿਤਾਬ ਗਦਰ ਲਹਿਰ ਬਾਰੇ ਛਪੀ ਆ ਉਹ ਇਹਨੂੰ ਜੰਗੀ ਮਿਨਿਸਟਰ ਕਹਿੰਦੇ ਨੇ। ਤਾਂ ਖੈਰ ਉਹ ਗੋਰਾ ਉਹਨੂੰ ਲਿਖਦਾ ਹੈ ਕਿ ਮੇਰਾ ਇੱਕ ਦੋਸਤ ਜਿਹੜਾ ਹੈ ਨਾ ਉਹ ਰੀਅਲ ਇਸਟੇਟ ਦਾ ਕੰਮ ਕਰਦਾ ਅਤੇ ਉਹਨੂੰ ਇੱਕ ਪੰਜਾਬੀ ਸਿੱਖ ਨੇ ਕਿਹਾ ਆ ਕਿ ਮੇਰੀ ਜ਼ਮੀਨ ਦੇ ਦੋ ਟੋਟੇ ਨੇ ਅਤੇ ਇਹ ਤੂੰ ਛੇਤੀ ਤੋਂ ਛੇਤੀ ਵੇਚ ਦੇ ਅਤੇ ਜਿੰਨੀ ਕੀਮਤ ਮਿਲਦੀ ਨਾ ਬੇਸ਼ੱਕ ਉਹਦੇ ਤੋਂ ਅੱਧੀ ਕੀਮਤ 'ਤੇ ਵੇਚ ਦੇ ਅਤੇ ਇਹ ਪੈਸੇ ਮੈਂ ਹਿੰਦੁਸਤਾਨ ਭੇਜਣੇ ਨੇ। ਅੱਗੇ ਉਹ ਗੱਲ ਕਹਿੰਦਾ ਕਿ ਇਹ ਜਿਹੜੀ ਗੱਲ ਹੈ ਕਿ ਮੈਨੂੰ ਪਤਾ ਨਹੀਂ ਵੀ ਇਹਨੇ ਉਹ ਪੈਸੇ ਹਿੰਦੁਸਤਾਨ ਕਾਹਦੇ ਵਾਸਤੇ ਭੇਜਣੇ ਨੇ, ਪਰ ਇਹ ਅੱਧੇ ਮੁੱਲ ਉੱਤੇ ਇੰਨੀ ਛੇਤੀ ਆਪਣੀ ਜ਼ਮੀਨ ਵੇਚਣੀ ਕਿਉਂ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਾਰੀ ਕਾਰਵਾਈ ਹੋਈ ਆ ਹੋ ਰਹੀ ਆ ਇਹ ਬਰਤਾਨੀਆ ਦੀ ਸਰਕਾਰ ਦੇ ਖਿਲਾਫ ਹੋਣ ਵਾਲੀ ਕਾਰਵਾਈ ਆ, ਉਹਦਾ ਇੱਕ ਜੁਜ਼ ਆ, ਉਹਦਾ ਇੱਕ ਹਿੱਸਾ ਹੈ। ਮਤਲਬ ਇਹ ਗੱਲ ਵੀ ਇਸੇ ਤਰ੍ਹਾਂ ਹੀ ਜਿਹੜੀ ਭਾਰਤ ਦੀ ਆਪਾਂ ਕਹਿ ਸਕਦੇ ਹਾਂ ਕੇਂਦਰੀ ਸੀ ਆਈ ਡੀ ਦਾ ਜਿਹੜਾ ਡਾਇਰੈਕਟਰ ਆ ਜੀ, ਉਹ ਕਹਿੰਦਾ ਕਿ ਸਾਨੂੰ ਬੰਬਈ ਤੋਂ 98 ਪਰਚੇ ਮਿਲੇ ਨੇ ਸ਼ਮਸ਼ੇਰ ਖਾਲਸਾ ਨਾਂ ਦੇ। ਇਹ ਸ਼ਮਸ਼ੇਰ ਖਾਲਸਾ ਸਟਾਕਟਨ ਵਾਲੇ ਜਿਹੜੇ ਬੰਦੇ ਸਨ ਨਾ ਉਹ ਕੱਢਦੇ ਸੀਗੇ ਜੀ। ਉਸ ਪਰਚੇ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਜਿਹੜੇ ਅਮਰੀਕਾ ਦੇ ਹੁਣ ਲੋਕ ਨੇ ਨਾ ਇਹ ਭਾਰਤ ਜਾਣਾ ਚਾਹੁੰਦੇ ਨੇ ਅਤੇ ਭਾਰਤ ਜਾਣ ਤੋਂ ਪਹਿਲਾਂ ਇਹ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚਣੀਆਂ ਚਾਹੁੰਦੇ ਨੇ ਜੀ, ਅਤੇ ਅਸੀਂ ਇੱਕ ਕੰਪਨੀ ਦੇ ਨਾਲ ਗੱਲਬਾਤ ਕੀਤੀ ਹੋਈ ਆ ਅਤੇ ਜਿਹੜਾ ਵੀ ਬੰਦਾ ਆਪਣੀ ਜ਼ਮੀਨ ਵੇਚਣਾ ਚਾਹੁੰਦਾ ਉਹ ਗੁਰਦੁਆਰੇ ਸਟਾਕਟਨ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਦੇ ਨਾਲ ਤਾਲਮੇਲ ਕਰੇ ਅਤੇ ਅਸੀਂ ਕੰਪਨੀ ਦੇ ਰਾਹੀਂ ਉਹਨਾਂ ਦੀਆਂ ਜ਼ਮੀਨਾਂ ਠੀਕ ਰੇਟ ਉੱਤੇ ਵਿਕਵਾ ਦੇਵਾਂਗੇ। ਠੀਕ ਹੈ, ਇਹ ਜਿਹੜਾ ਤੁਸੀਂ ਗੱਲ ਕੀਤੀ ਨਾ ਇਹ ਸਾਰੀਆਂ ਗੱਲਾਂ ਇਹ ਸਰਕਾਰੀ ਗੱਲਾਂ ਵੀ ਹੈਗੀਆਂ ਨੇ, ਨਿੱਜੀ ਚਿੱਠੀਆਂ ਵੀ ਹੈਗੀਆਂ ਨੇ ਅਤੇ ਬਾਕੀ ਰਿਪੋਰਟਸ ਜਿਹੜੀਆਂ ਨੇ ਦੱਸਦੀਆਂ ਨੇ ਕਿੰਨਾ ਵੱਡਾ ਉਤਸ਼ਾਹ ਸੀਗਾ ਲੋਕਾਂ ਦੇ ਵਿੱਚ ਦੇਸ਼ ਨੂੰ ਵਾਪਸ ਪਰਤਣ ਦੇ ਵਾਸਤੇ। ਤਾਂ ਇੱਕ ਪਾਸੇ ਜੇ ਤੁਸੀਂ ਗੱਲ ਕੀਤੀ ਜਹਾਜ਼ਾਂ 'ਤੇ, ਜਹਾਜ਼ ਗਏ, ਜਹਾਜ਼ ਅਨੇਕਾਂ ਗਏ ਵਾਰ ਵਾਰ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ, ਹਰ ਇੱਕ ਦੇ ਵਿੱਚ ਹੀ 100, 200, 300, 400 ਬੰਦੇ ਜਿਹੜੇ ਸੀ ਹੁੰਦੇ ਸੀਗੇ ਜੀ। ਜਿਹੜਾ ਪਹਿਲਾ ਜਹਾਜ਼ ਸਨ ਫਰਾਂਸਿਸਕੋ ਤੋਂ ਚੱਲਦਾ ਨਾ ਉਹ ਜਹਾਜ਼ ਹੈ ਕੋਰੀਆ ਜਹਾਜ਼। ਠੀਕ ਹੈ, ਕੋਰੀਆ ਜਹਾਜ਼ ਵਿੱਚ ਜਿਹੜੇ ਸਾਡੇ ਗਦਰ ਪਾਰਟੀ ਨੂੰ ਸਥਾਪਿਤ ਕਰਨ ਵਾਲੇ ਲਾਲਾ ਹਰਦਿਆਲ ਤੋਂ ਬਾਅਦ ਜਿਹੜੇ ਪ੍ਰਮੁੱਖ ਆਗੂ ਸਨ ਜੀ, ਮਸਲਨ ਬਾਬਾ ਸੋਹਣ ਸਿੰਘ ਭਕਨਾ ਜਾ ਚੁੱਕੇ ਨੇ, ਉਸ ਤੋਂ ਬਾਅਦ ਜਿਹੜੀ ਵੱਡੀ ਧਿਰ ਸੀਗੀ ਉਹਨਾਂ ਦੇ ਵਿੱਚ ਸੀ ਬਾਬਾ ਕੇਸਰ ਸਿੰਘ ਠਾਠਗੜ ਜਿਹੜੇ ਕਿ ਮੀਤ ਪ੍ਰਧਾਨ ਸਨ ਵਾਸ਼ਿੰਗਟਨ ਵਾਲੇ ਪਾਸਿਓਂ, ਦੂਜੇ ਸੀ ਬਾਬਾ ਜਵਾਲਾ ਸਿੰਘ ਠੱਠੀਆਂ ਆਲੂਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ, ਉਹ ਵੀ ਮੀਤ ਪ੍ਰਧਾਨ ਸਨ ਪਾਰਟੀ ਦੇ, ਇਹ ਦੋਵੇਂ ਉਹਦੇ ਵਿੱਚ ਸੀਗੇ। ਇਸ ਤੋਂ ਬਾਅਦ ਪੰਡਿਤ ਜਗਤ ਰਾਮ ਜਿਹੜੇ ਸੀਗੇ ਉਹ ਵੀ ਇਹਦੇ ਵਿੱਚ ਹੀ ਸੀਗੇ ਇਸ ਜਹਾਜ਼ ਦੇ ਵਿੱਚ। ਪੰਡਿਤ ਜਗਤ ਰਾਮ ਉਹ ਸੀਗਾ ਜਿਹੜਾ ਗਦਰ ਅਖਬਾਰ ਵਿੱਚ ਕੰਮ ਕਰਦਾ ਸੀਗਾ ਔਰ ਗਦਰ ਅਖਬਾਰ ਜਿਹੜੀ ਭੇਜੀ ਜਾਂਦੀ ਸੀ ਨਾ ਉਹਦੇ ਉਹ ਪਤੇ ਨੋਟ ਕਰਦਾ ਹੁੰਦਾ ਸੀਗਾ, ਐਡਰੈਸ ਲਿਖਦਾ ਹੁੰਦਾ ਸੀਗਾ। ਫਿਰ ਉਹਨੇ ਸੋਚਿਆ ਕਿ ਹੋ ਸਕਦਾ ਕਿਸੇ ਵੇਲੇ ਛਾਪਾ ਵੱਜੇ ਅਤੇ ਰਜਿਸਟਰ ਕਾਬੂ ਆ ਜਾਵੇ ਅਤੇ ਜਿਨ੍ਹਾਂ ਨੂੰ ਪਰਚਾ ਭੇਜਿਆ ਜਾਂਦਾ
ਉਹ ਬੰਦੇ ਕਾਬੂ ਨਾ ਆ ਜਾਂਦੇ ਹੋਣ। ਉਸ ਬੰਦੇ ਨੇ ਪਤਾ ਨਹੀਂ ਕਿ ਵੈਸੇ ਤਾਂ ਹੈਰਾਨੀ ਵਾਲੀ ਗੱਲ ਆ, ਪਰ ਇਹ ਕਿਉਂਕਿ ਇਤਿਹਾਸ ਦਾ ਇੱਕ ਹਿੱਸਾ ਹੈਗਾ ਵੀ ਆਪਾਂ ਤਾਂ ਕਹਿੰਦੇ ਇੱਕ ਪਾਸੇ ਕਹਿੰਦੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪਰਚਾ ਛਪਦਾ ਸੀ। ਕਿਹਾ ਜਾਂਦਾ ਕਿ ਉਹਨੇ ਸਾਰੇ ਨਾਂ ਜਿਹੜੇ ਸੀ ਨਾ ਉਹ ਜ਼ਬਾਨੀ ਯਾਦ ਕਰ ਲਏ ਹੋਏ ਸੀਗੇ, ਪਤੇ ਜਿਹੜੇ ਸੀ ਜ਼ਬਾਨੀ ਯਾਦ ਕਰ ਲਏ ਹੋਏ ਸੀਗੇ। ਖੈਰ ਇਹ ਬੰਦਾ ਸੀਗਾ, ਇਸ ਤਰ੍ਹਾਂ ਭਾਈ ਨਿਧਾਨ ਸਿੰਘ ਝੁੱਗਾ, ਇਹ ਪਹਿਲਾਂ ਸ਼ਿੰਗਾਈ ਵਿੱਚ ਕੰਮ ਕਰਦੇ ਸੀ ਅਤੇ ਥੋੜ੍ਹਾ ਹੀ ਸਮਾਂ ਜਿਹੜਾ ਹੋਇਆ ਸੀਗਾ ਇਹ ਇੱਥੇ ਅਜੇ ਆਏ ਸੀਗੇ ਅਮੈਰੀਕਾ ਦੇ ਵਿੱਚ। ਮਤਲਬ ਇਹ ਪੂਰੀ ਦੀ ਪੂਰੀ ਟੀਮ ਅਤੇ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਵੱਡੀ ਗਿਣਤੀ ਦੇ ਜਿਹੜੇ ਸਾਥੀ ਸਨਕਨੀ ਇਹ ਉੱਥੋਂ ਤਿਆਰ ਹੁੰਦੇ ਨੇ। ਉਦੋਂ ਪਿੱਛੇ ਜਿਹੜੇ ਰਹਿ ਜਾਂਦੇ ਨੇ, ਪਿੱਛੇ ਜਿਹੜੇ ਜਿਨ੍ਹਾਂ ਨੇ ਸਾਂਭਣਾ ਸੀ ਕੰਮ, ਉਹ ਸੀ ਭਾਈ ਭਗਵਾਨ ਸਿੰਘ ਅਤੇ ਮੌਲਵੀ ਬਰਕਤੁੱਲਾ ਅਤੇ ਪੰਡਿਤ ਰਾਮਚੰਦ। ਉਹਨਾਂ ਨੇ ਫਿਰ ਆ ਕੇ ਸੰਬੋਧਨ ਕੀਤਾ ਕਿ ਤੁਸੀਂ ਹੁਣ ਦੇਸ਼ 'ਚ ਜਾਓ ਅਤੇ ਜਾ ਕੇ ਤੁਸੀਂ ਗਦਰ ਜਿਹੜਾ ਉਹ ਆਰੰਭੋ ਅਤੇ ਅਸੀਂ ਪਿੱਛੋਂ ਜਿਹੜਾ ਤੁਹਾਨੂੰ ਹਥਿਆਰ ਸਪਲਾਈ ਕਰਾਂਗੇ। ਇਹ ਵਾਅਦਾ ਦੇ ਕੇ ਉਹਨਾਂ ਨੇ ਉੱਥੋਂ ਤੋਰਿਆ ਕੋਰੀਆ ਜਹਾਜ਼ ਨੂੰ। ਸੋ ਅਗਲੀ ਜਾਣਕਾਰੀ ਡਾਕਟਰ ਸਾਹਿਬ ਤੁਹਾਡੇ ਕੋਲ ਲੈਂਦੇ ਹਾਂ ਕਿ ਹਥਿਆਰਬਾਜ਼ ਪਹੁੰਚੇ ਜਾਂ ਨਹੀਂ ਪਹੁੰਚੇ ਦਾ ਕੀ ਗੱਲਬਾਤ ਅੱਗੇ ਹੋਈ, ਲੇਕਿਨ ਸਮਾਂ ਹੁਣ ਜੀ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ। ਅਤੇ ਬ੍ਰੇਕ ਤੋਂ ਪਹਿਲਾਂ ਅਸੀਂ ਦੱਸ ਰਹੇ ਸੀ ਕਿ ਕਿਵੇਂ ਅਮਰੀਕਾ ਦੀ ਧਰਤੀ ਤੋਂ ਜਹਾਜ਼ ਭਰ ਕੇ, ਕੋਰੀਅਨ ਜਹਾਜ਼ ਭਰ ਕੇ ਭਾਰਤ ਨੂੰ ਜਾ ਰਿਹਾ ਸੀ, ਉਹਦੇ ਬਾਰੇ ਵੀ ਜਾਣਕਾਰੀ ਲੈਂਦੇ ਹਾਂ ਅਤੇ ਕੁਝ ਸਵਾਲ ਮੇਰੇ ਜ਼ਿਹਨ ਦੇ ਵਿੱਚ ਹੋਰ ਨੇ ਉਹ ਵੀ ਜਾਣਦੇ ਡਾਕਟਰ ਸੰਧੂ ਹੋਣਾ ਕੋਲ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਜਦੋਂ ਮਤਲਬ ਜਹਾਜ਼ ਭਰ ਕੇ ਭਾਰਤ ਨੂੰ ਗਿਆ ਔਰ ਉਸ ਤੋਂ ਪਿੱਛੋਂ ਭਾਈ ਭਗਵਾਨ ਸਿੰਘ ਹੋਣੀ ਵਾਪਸ ਉੱਥੇ ਉਹਨਾਂ ਨੇ ਕਮਾਨ ਜਿਹੜੀ ਉਹ ਸੰਭਾਲ ਲਈ ਕਮਾਂਡ ਆਪਣੀ ਗਦਰ ਪਾਰਟੀ ਦੀ ਅਮਰੀਕਾ ਦੀ ਧਰਤੀ ਦੇ ਉੱਪਰ। ਸੋ ਜਹਾਜ਼ ਫਿਰ ਸਹੀ ਸਲਾਮਤ ਭਾਰਤ ਪਹੁੰਚ ਗਿਆ ਅਤੇ ਫਿਰ ਪਿੱਛੇ ਰਹਿ ਗਏ ਜਿਹੜੇ ਸੀਗੇ ਭਾਈ ਭਗਵਾਨ ਸਿੰਘ ਹੋਣੀ ਜਾਂ ਹੋਰ ਗਦਰ ਪਾਰਟੀ ਦੇ ਆਗੂ ਸੀ, ਉਹਨਾਂ ਨੇ ਹਥਿਆਰ ਪਹੁੰਚਾਉਣ ਦੀ ਜ਼ਿੰਮੇਦਾਰੀ ਲਈ ਸੀ, ਹਥਿਆਰ ਵੀ ਪਹੁੰਚੇ ਅਤੇ ਇਹਨਾਂ ਪਿੱਛੇ ਰਹਿ ਗਿਆ ਦਾ ਕੀ ਬਣਿਆ? ਇਹ ਵੀ ਵਾਪਸ ਆਏ ਭਾਰਤ ਨੂੰ ਕਿ ਨਹੀਂ ਆਏ? ਸੋ ਸਾਰੇ ਜਿਹੜੇ ਸਵਾਲ ਨੇ ਸਮੁੱਚੇ ਇਹਨਾਂ ਦਾ ਮੈਂ ਜਾਣਨਾ ਚਾਹੁੰਦਾ ਜੀ। ਸਵਾਲ ਕਾਫੀ ਤੁਹਾਡੇ ਵੱਡੇ ਨੇ, ਉਹਨਾਂ ਦੇ ਕਾਫੀ ਵੱਡੇ ਜਵਾਬ ਨੇ। ਚਲੋ ਇਸ ਤੋਂ ਪਹਿਲਾਂ ਕਿ ਆਪਾਂ ਜਿਹੜਾ ਕੋਰੀਆ ਜਹਾਜ਼ ਸੀ, ਕੋਰੀਅਨ ਨਹੀਂ ਕੋਰੀਆ ਜਹਾਜ਼ ਸੀਗਾ, ਜਹਾਜ਼ ਦਾ ਨਾਂ ਕੋਰੀਆ ਸੀਗਾ, ਜਹਾਜ਼ ਦਾ ਨਾਂ ਕੋਰੀਆ। ਹਾਂਜੀ, ਉਹ ਜਹਾਜ਼ ਜਦੋਂ ਉੱਥੋਂ ਰਵਾਨਾ ਹੋ ਜਾਂਦਾ ਹੈ ਅਤੇ ਮੁੱਖ ਆਗੂ ਜਿਹੜੇ ਸਨ ਪਿਛਲੇ ਕੁਝ ਮਹੀਨਿਆਂ ਤੋਂ, ਇਹ ਤਿੰਨ ਬੰਦੇ ਉੱਭਰ ਕੇ ਸਾਹਮਣੇ ਆਏ ਸੀ, ਰਾਮਚੰਦ, ਮੌਲਵੀ ਬਰਕਤੁੱਲਾ ਅਤੇ ਭਾਈ ਭਗਵਾਨ ਸਿੰਘ, ਜਿਨ੍ਹਾਂ ਨੇ ਇਹ ਵੀ ਕਿਹਾ ਸੀਗਾ ਤੁਸੀਂ ਜਾਓ ਇੱਥੇ ਆਪਣੀ ਜਾਇਦਾਦਾਂ ਦਿਓ ਅਤੇ ਤੁਹਾਨੂੰ ਹਥਿਆਰ ਉੱਥੇ ਪੁੱਜਦੇ ਕਰ ਦਿੱਤੇ ਜਾਣਗੇ। ਸਾਰੇ ਇਸ ਆਸ ਦੇ ਉੱਤੇ ਗਏ ਸਨ। ਧੁੰਦਲਾ ਜਿਹਾ ਇੱਕ ਖਾਕਾ ਸੀਗਾ ਸਾਰਿਆਂ ਦੇ ਮਨ ਦੇ ਵਿੱਚ ਵੀ ਜਾ ਕੇ ਆਹ ਕੰਮ ਕਰਾਂਗੇ, ਇਸ ਤਰ੍ਹਾਂ ਜਿਹੜਾ ਉਹ ਅਸੀਂ ਆਪਣੇ ਗਦਰ ਦੀ ਤਿਆਰੀ ਕਰਾਂਗੇ ਜੀ। ਪਰ ਕੁਝ ਸਮੇਂ ਦੇ ਬਾਅਦ ਭਾਈ ਭਗਵਾਨ ਸਿੰਘ ਅਤੇ ਮੌਲਵੀ ਬਰਕਤੁੱਲਾ ਨੇ ਸੋਚਿਆ ਕਿ ਸਾਨੂੰ ਖੁਦ ਵੀ ਬਾਬਾ ਪੱਕਣਾ ਹੋਣੀ ਗਏ ਨੇ। ਇਹਨਾਂ ਸਾਥੀਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਜਿੱਥੇ ਜਿੱਥੇ ਰਾਹ ਦੇ ਵਿੱਚ ਜਹਾਜ਼ ਖੜੋਊਗਾ ਉੱਥੇ ਜਿੰਨਾਂ ਇਕਾਈਆਂ ਦੇ ਉੱਤੇ ਬਾਬਾ ਸੋਹਣ ਸਿੰਘ ਪੱਕਣਾ ਹੋਣੀ ਅੱਗੇ ਹੋ ਕੇ ਗੁਜ਼ਰ ਕੇ ਗਏ ਨੇ, ਉੱਥੇ ਉਹ ਸਥਾਪਿਤ ਕਰਕੇ ਗਏ ਨੇ, ਮਿਲ ਕੇ ਗਏ ਹੋਏ ਨੇ, ਜਾਂ ਪਹਿਲਾਂ ਵੀ ਜਿਵੇਂ ਭਾਈ ਨਿਧਾਨ ਸਿੰਘ ਝੁੱਗਾ ਪਹਿਲਾਂ ਸ਼ਿੰਗਾਈ ਰਹਿੰਦੇ ਗਏ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਉੱਥੇ ਕੰਮ ਹੋਇਆ ਹੋਇਆ। ਤੋ ਇਹ ਸਾਰੇ ਲੋਕ ਜਿਹੜੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਉਹਨਾਂ ਜਿਹੜੇ ਪੰਜਾਬੀ ਜਾਂ ਭਾਰਤੀ ਲੋਕ ਇਹਨਾਂ ਥਾਵਾਂ 'ਤੇ ਟਿਕੇ ਹੋਏ ਨੇ ਉਹਨਾਂ ਨੂੰ ਵੀ ਤੁਸੀਂ ਮਿਲਦੇ ਜਾਣਾ ਆ ਅਤੇ ਜੇ ਕੋਈ ਹਥਿਆਰਾਂ ਦਾ ਬੰਦੋਬਸਤ ਹੋਵੇ ਤਾਂ ਉਹ ਵੀ ਕਰਨਾ ਜੀ। ਬਹਰਲ ਉਹ ਸਫ਼ਰ ਦੀ ਗੱਲ ਕਰਦੇ ਹਾਂ ਵੀ ਭਾਈ ਭਗਵਾਨ ਸਿੰਘ ਅਤੇ ਮੌਲਵੀ ਬਰਕਤੁੱਲਾ ਨੇ ਸੋਚਿਆ ਕਿ ਸਾਨੂੰ ਖੁਦ ਵੀ ਆਪਣੇ ਤੌਰ ਦੇ ਉੱਤੇ ਸਾਨੂੰ ਜਿਹੜਾ ਕਿ ਨਹੀਂ ਇਸ ਮੁਹਿੰਮ ਦੇ ਵਿੱਚ ਸਰਗਰਮੀ ਨਾਲ ਜੁਟਣਾ ਚਾਹੀਦਾ ਅਤੇ ਇੱਥੇ ਬੈਠੇ ਹੁਣ ਗੱਲ ਨਹੀਂ ਜਦੋਂ ਜਾਣਾ ਹੀ ਦੇਸ਼ ਦੇ ਵਿੱਚ ਆ ਅਤੇ ਕਰਨ ਗਦਰੀ ਉੱਥੇ ਕਰਨਾ ਹੈਗਾ ਅਤੇ ਫਿਰ ਸਾਨੂੰ ਵੀ ਧਾਈ ਕਰਨੀ ਚਾਹੀਦੀ ਹੈ। ਤਾਂ ਉਹਨਾਂ ਨੇ ਕੰਮ ਦੀ ਵੰਡ ਕਰ ਲਈ। ਮੌਲਵੀ ਬਰਕਤੁੱਲਾ ਨੂੰ ਤਾਂ ਉਹਨਾਂ ਕਿਹਾ ਕਿ ਤੁਸੀਂ ਕਿਉਂਕਿ ਅਰਬੀ ਜਾਣਦੇ ਹੋ ਇਸ ਕਰਕੇ ਤੁਹਾਨੂੰ ਚਾਹੀਦਾ ਕਿ ਤੁਸੀਂ ਜਿਹੜੇ ਮੁਸਲਮਾਨ ਦੇਸ਼ ਨੇ ਕਿ ਨਹੀਂ ਇਸਲਾਮਿਕ ਦੇਸ਼ ਤੁਸੀਂ ਉਹਨਾਂ ਦੇ ਵਿੱਚ ਜਾਓ, ਜਿਵੇਂ ਅਰਬੀਆ ਹੋ ਗਿਆ ਜਾਂ ਇਸੇ ਤਰ੍ਹਾਂ ਅਫਗਾਨਿਸਤਾਨ ਸੀਗਾ, ਇਹ ਜਿਹੜਾ ਇਲਾਕਾ ਸੀ ਕਿ ਨਹੀਂ ਤੁਰਕੀ ਦਾ ਇਲਾਕਾ ਸੀਗਾ, ਇਸ ਪਾਸੇ ਦੀ ਤੁਸੀਂ ਜਾਓ ਅਤੇ ਉੱਥੇ ਕਿਉਂਕਿ ਤੁਰਕੀ ਦਾ ਜਿਹੜਾ ਉਸ ਵੇਲੇ ਸੁਲਤਾਨ ਸੀਗਾ ਉਹ ਸਾਰੇ ਮੁਸਲਮਾਨਾਂ ਦਾ ਖਲੀਫਾ ਸੀਗਾ ਔਰ ਉਹਦੀ ਜਰਮਨ ਦੇ ਨਾਲ ਜਿਹੜੀ ਸੀ ਕਿ ਨਹੀਂ ਉਹ ਸਾਂਝ ਸੀਗੀ, ਠੀਕ ਹੈ, ਅਤੇ ਜਰਮਨ ਦੀ ਜਿਹੜੀ ਸਾਂਝ ਸੀਗੀ ਉਹ ਸਾਡੇ ਲੋਕਾਂ ਨੂੰ ਵਾਰਾ ਖਾਂਦੀ ਸੀਗੀ ਕਿਉਂਕਿ ਜਰਮਨ ਅੰਗਰੇਜ਼ਾਂ ਦਾ ਦੁਸ਼ਮਣ ਸੀ ਅਤੇ ਸਾਡਾ ਆਪਣੇ ਆਪ ਹੀ ਸਾਡੇ ਲੋਕ ਸਮਝਦੇ ਵੀ ਦੋਸਤ ਆ। ਅਤੇ ਉਹ ਇਹ ਕਿਹਾ ਗਿਆ ਕਿ ਤੁਸੀਂ ਉੱਧਰ ਇਸਲਾਮੀ ਮੁਲਕਾਂ ਦੇ ਵਿੱਚ ਜਾਓ ਅਤੇ ਇਸਲਾਮੀ ਮੁਲਕਾਂ ਵਿੱਚ ਜਾ ਕੇ ਹਿੰਦੁਸਤਾਨ ਦੇ ਵਿੱਚੋਂ ਨੌਜਵਾਨਾਂ ਨੂੰ ਉੱਥੇ ਸੱਦੋ, ਉੱਥੋਂ ਫੌਜੀ ਸਿਖਲਾਈ ਦੇ ਕੇ ਫਿਰ ਟ੍ਰੇਨ ਕਰਕੇ ਉਹਨਾਂ ਨੂੰ ਵਾਪਸ ਭੇਜੋ। ਆਪ ਉਹਨਾਂ ਨੇ ਕਿਹਾ
कि उन्हों की जी ड्यूटी लगी कि मैं जरा पूर्वी टापुर जितों अगे हो के आए थे हांगकांग मनीला ये फिलीपींस ये जरा एरिया कि मैं आप इस पासे जाना और उत्थे जाने वास्ते उन्हें अपने नाल जो साथी जो उन्हें है, मैंने साथी भी पंज दौ उन्होंने साथियों के उन्होंने भाई संतोख सिंह जोड़े गदर पार्टी जनरल सकत्र सन उन्होंने लिया इस तरह भाई सोहन लाल पाठक जोड़े से उन्होंने लिया इस तरह ही गोपाल सिंह सोही सन उन्होंने लिया होर दो साथी लैके तो वह भी उतों ताही करके तो अपने पासे तुर पेंदे ने फिलीपींस वाले पासे थोड़ी थोड़े एक दो महीनों तो बाद जो ये जहाज़ पहले तुर पेंदे ने ਇਹਦਾ ਨੁਕਸਾਨ ਇਹ ਹੋਇਆ ਜਿਵੇਂ ਬਾਬਾ ਸੋਹਣ ਸਿੰਘ ਭਗਨਾ ਦੇ ਹਵਾਲੇ ਨਾਲ ਆਪਾਂ ਗੱਲ ਕੀਤੀ ਸੀਗੀ ਜਦੋਂ ਕਰਤਾਰ ਸਿੰਘ ਸਰਾਭੇ ਨੇ ਉਹਨਾਂ ਨੂੰ ਦੱਸਿਆ ਸੀ ਕਿ ਜਾ ਕੇ ਕਿ ਉੱਥੋਂ ਜਿਹੜੇ ਨੇ ਸਾਰੇ ਲੀਡਰ ਪਿੱਛੇ ਜਹਾਜ਼ ਵਿੱਚ ਆ ਰਹੇ ਨੇ ਜਿਹਦੇ ਵਿੱਚ ਭਾਈ ਕੇਸਰ ਸਿੰਘ ਹੋਣਾ ਦਾ ਜਵਾਲਾ ਸਿੰਘ ਹੋਣਾ ਦਾ ਜ਼ਿਕਰ ਕੀਤਾ ਸੀ ਉਹਨੂੰ ਨਹੀਂ ਸੀ ਪਤਾ ਕਿ ਪਿੱਛੋਂ ਭਗਵਾਨ ਸਿੰਘ ਹੋਣੀ ਵੀ ਤੁਰ ਪਏ ਹੋਣਗੇ ਅਤੇ ਬਾਬਾ ਭਗਨਾ ਨੇ ਕਿਹਾ ਸੀ ਕਿ ਸਾਨੂੰ ਆਪਣਾ ਜਿਹੜਾ ਹੈੱਡਕੁਆਰਟਰ ਸੀ ਉਹ ਨਹੀਂ ਸੀ ਛੱਡਣਾ ਚਾਹੀਦਾ ਕਿਉਂਕਿ ਉਹ ਹੈੱਡਕੁਆਰਟਰ ਛੱਡਣ ਕਰਕੇ ਇਕੱਲਾ ਰਾਮਚੰਦ ਜਿਹੜਾ ਸੀਗਾ ਉੱਥੇ ਰਹਿ ਜਾਂਦਾ ਅਤੇ ਉਹ ਕਿਉਂਕਿ ਜਿਹੜਾ ਗਦਰ ਅਖਬਾਰ ਦਾ ਮੁੱਖ ਸੰਪਾਦਕ ਸੀਗਾ ਅਤੇ ਪਿਛਲੇ ਸਮੇਂ ਦੇ ਵਿੱਚ ਉਹਦਾ ਇੱਕ ਇਮੇਜ ਵੀ ਇੱਕ ਕ੍ਰਾਂਤੀਕਾਰੀ ਦਾ ਬਣਿਆ ਹੋਇਆ ਸੀਗਾ ਅਤੇ ਉਹਨੇ ਇਹਦਾ ਨਜਾਇਜ਼ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਉਹ ਪਾਰਟੀ ਦੀ ਜਾਇਦਾਦ ਉੱਤੇ ਕਾਬਜ਼ ਹੋ ਗਿਆ ਅਤੇ ਉਹਨੇ ਜਿਹੜੀ ਵੀ ਜਾਇਦਾਦ ਸੀਗੀ ਸਾਰੀ ਉਹ ਆਪਣੀ ਪਤਨੀ ਦੇ ਨਾਲ ਲਵਾ ਦਿੱਤੀ ਇਹ ਅੱਗੇ ਇਹ ਫਿਰ ਆਪਾਂ ਜਿਵੇਂ ਮੈਂ ਵਾਰ ਵਾਰ ਗੱਲ ਕਹਿੰਦਾ ਕਿ ਇਹ ਰਾਮਚੰਦ ਦੀ ਗੱਲ ਰਾਮਚੰਦ ਦੇ ਵੇਲੇ ਜਦੋਂ ਫਿਰ ਥੋੜ੍ਹੀ ਜਿਹੀ ਵਿਸਥਾਰ ਨਾਲ ਕਰਨੀ ਪਊਗੀ ਉਦੋਂ ਉੱਥੇ ਆਪਾਂ ਆਵਾਂਗੇ ਗੱਲ ਕਰ ਰਹੇ ਸੀ ਆਪਾਂ ਕੋਰੀਆ ਜਹਾਜ਼ ਦੀ ਇਹ ਕੋਰੀਆ ਜਹਾਜ਼ ਜਿਹੜਾ ਹੈ ਇਹ ਪਹਿਲਾਂ ਯੋਕੋਹਾਮਾ ਪਹੁੰਚਦਾ ਜਿੱਥੇ ਵੀ ਜਾਂਦੇ ਨੇ ਉੱਥੇ ਗਦਰੀ ਉਤਰਦੇ ਨੇ ਜਾ ਕੇ ਅਤੇ ਆਪਣੀ ਪਾਰਟੀ ਇਕਾਈਆਂ ਦੇ ਵਿੱਚ ਲੈਕਚਰ ਦਿੰਦੇ ਨੇ ਉੱਥੇ ਫਿਰ ਅਮਰ ਸਿੰਘ ਅਤੇ ਰਾਮ ਰੱਖਾ ਦੋ ਜਣੇ ਹਥਿਆਰ ਲੈਣ ਵਾਸਤੇ ਰੁਕ ਜਾਂਦੇ ਨੇ ਅੱਗੇ ਨਾਗਾਸਾਕੀ ਰੁਕਦਾ ਜਹਾਜ਼ ਅਤੇ ਨਾਗਾਸਾਕੀ ਤੋਂ ਜਿਹੜੇ ਸਾਡੇ ਨਿਧਾਨ ਸਿੰਘ ਚੁੱਗਾ ਹੋਰੀ ਸੀ ਉਹ ਇੰਦਰ ਸਿੰਘ ਸੁਰ ਸਿੰਘ ਸੀ ਹਰਨਾਮ ਸਿੰਘ ਇਹ ਉਤਰ ਕੇ ਅਤੇ ਇਹ ਸ਼ੰਘਾਈ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਵੀ ਉੱਥੋਂ ਆਪਣੇ ਜਿਹੜੇ ਬੰਦੇ ਨੇ ਲੈ ਕੇ ਆਵੇਗੇ ਹਾਲਾਂਕਿ ਸ਼ੰਘਾਈ ਤੋਂ ਬਾਬਾ ਸੋਹਣ ਸਿੰਘ ਭਗਨਾ ਪਹਿਲਾਂ ਆ ਕੇ ਗਏ ਨੇ ਉੱਥੇ ਜਿਹੜੇ ਸਾਡੇ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਲੋਕ ਸਨ ਉਹਨਾਂ ਨੇ ਨਾਵੇਂ ਕਟਵਾਲੇ ਸੀਗੇ ਗੁੱਜਰ ਸਿੰਘ ਭਗਨਾ ਹੋਰੀ ਅਤੇ ਦੂਜੇ ਸਾਥੀ ਜਿਹੜੇ ਸਨ ਉਹ ਬਾਬਾ ਸੋਹਣ ਸਿੰਘ ਨਾਲ ਤੁਰ ਗਏ ਸਨ ਪਰ ਭਾਈ ਨਿਧਾਨ ਸਿੰਘ ਚੁੱਗਾ ਜਿਹੜਾ ਸੀਗਾ ਕਿਉਂਕਿ ਉਹਦਾ ਵੀ ਇੱਕ ਉੱਥੇ ਬੇਸ ਸੀਗਾ ਆਧਾਰ ਸੀਗਾ ਅਤੇ ਉਹ ਉਹਨਾਂ ਨੂੰ ਉੱਥੋਂ ਵੀ 25-30 ਬੰਦੇ ਉਹ ਵੀ ਲੈ ਕੇ ਜਿਹੜਾ ਸੀ ਫਿਰ ਅੱਗੇ ਜਾ ਕੇ ਅਤੇ ਹਾਂਗਕਾਂਗ ਪਹੁੰਚ ਜਾਂਦਾ ਜੀ ਉੱਥੋਂ ਬਾਅਦ ਅੱਗੇ ਜਾ ਕੇ ਅਤੇ ਉਹ ਮਨੀਲਾ ਰੁਕਦਾ ਜਹਾਜ਼ ਮਨੀਲਾ ਦੀ ਜਿਹੜੀ ਮਨੀਲਾ ਜਿਹੜੀ ਫਿਲੀਪੀਨਸ ਦੀ ਰਾਜਧਾਨੀ ਸੀਗੀ ਉੱਥੋਂ ਦਾ ਜਿਹੜਾ ਗਦਰ ਪਾਰਟੀ ਦਾ ਪ੍ਰਧਾਨ ਸੀਗਾ ਉਹ ਸੀਗਾ ਦੂਜਾ ਮੌਲਵੀ ਅਬਦੁੱਲਾ ਹਾਫਿਜ਼ ਅਬਦੁੱਲਾ ਠੀਕ ਹੈ ਹਾਫਿਜ਼ ਅਬਦੁੱਲਾ ਜਿਹੜਾ ਸੀਗਾ ਉਹ ਪ੍ਰਧਾਨ ਸੀਗਾ ਉਹਦੇ ਨਾਲ ਸੀ ਜੀਵਨ ਸਿੰਘ ਦੌਲੇ ਸਿੰਘ ਵਾਲਾ ਅਤੇ ਨਾਲ 40 ਬੰਦੇ ਹੋਰ ਜਿਹਦੇ ਵਿੱਚ ਬੀਬੀ ਗੁਲਾਬ ਕੌਰ ਸੀਗੀ ਜਿਹਦੇ ਵਿੱਚ ਚੰਦਾ ਸਿੰਘ ਵੜੈਚ ਸੀਗਾ ਜਿਹਦੇ ਵਿੱਚ ਰਹਿਮਤ ਅਲੀ ਵਜੀਦ ਕੇ ਸੀਗਾ ਜਿਹਦੇ ਵਿੱਚ ਧਿਆਨ ਸਿੰਘ ਬੰਗਸੀਪੁਰਾ ਸੀਗਾ ਜਿਹਦੇ ਵਿੱਚ ਲਾਲ ਸਿੰਘ ਸਾਹਿਬਿਆਣਾ ਸੀਗਾ ਇਹ ਲਗਭਗ 40-45 ਬੰਦੇ ਜਿਹੜੇ ਨੇ ਇਹ ਵੀ ਉੱਥੋਂ ਜਿਹੜੇ ਨਾਲ ਸ਼ਾਮਿਲ ਹੋ ਜਾਂਦੇ ਨੇ ਇਹ ਜਹਾਜ਼ ਜਿਹੜਾ ਨਾ ਜਦੋਂ ਹਾਂਗਕਾਂਗ ਜਾਣਾ ਸੀ ਪਹੁੰਚਣਾ ਸੀਗਾ ਉਦੋਂ ਪਹਿਲਾਂ ਤਾਰ ਦੇ ਕੇ ਅਤੇ ਭਾਈ ਨਿਧਾਨ ਸਿੰਘ ਚੁੱਗੇ ਨੇ ਸੁਚੇਤ ਕਰ ਦਿੱਤਾ ਕਿ ਤੁਹਾਡੇ ਕੋਲ ਜਿਹੜੇ ਹਥਿਆਰ ਨੇ ਜਾਂ ਜਿਹੜਾ ਤੁਹਾਡੇ ਕੋਲ ਗਦਰ ਦਾ ਸਹਿਤ ਹੈਗਾ ਕਿ ਨਹੀਂ ਇਹਨੂੰ ਸਾਂਭ ਲਓ ਕਿਉਂਕਿ ਹਾਂਗਕਾਂਗ ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਚੈੱਕ ਪੋਸਟ ਬਣਾਈ ਹੋਈ ਆ ਹਰ ਭਾਰਤੀ ਦੀ ਉੱਥੇ ਜਾ ਕੇ ਤਲਾਸ਼ੀ ਲਈ ਜਾਂਦੀ ਆ ਔਰ ਉੱਥੇ ਉਹਨਾਂ ਦੇ ਨਾਂ ਪਤੇ ਨੋਟ ਕੀਤੇ ਜਾਂਦੇ ਆ ਇਸ ਕਰਕੇ ਸੁਰੱਖਿਆ ਦੇ ਵਜੋਂ ਸਾਵਧਾਨੀ ਤੁਹਾਨੂੰ ਹਰ ਹਾਲਤ ਵਿੱਚ ਵਰਤ ਲੈਣੀ ਚਾਹੀਦੀ ਹੈ ਔਰ ਉਹ ਕਿਹਾ ਜਾਂਦਾ ਕਿ ਫਿਰ ਜਦੋਂ ਇਹ ਸੁਨੇਹਾ ਮਿਲਿਆ ਤਾਂ ਸਾਰਾ ਉਹਨਾਂ ਨੇ ਗਦਰ ਦਾ ਜਿਹੜਾ ਸਹਿਤ ਸੀਗਾ ਉਹ ਪੰਡਿਤ ਜਗਤ ਰਾਮ ਨੂੰ ਸੌਂਪ ਦਿੱਤਾ ਹਥਿਆਰ ਵੀ ਸੌਂਪ ਦਿੱਤੇ ਅਤੇ ਜਿਵੇਂ ਸ਼ਾਇਦ ਇਸ ਗੱਲ ਦਾ ਅਨੁਮਾਨ ਹੈ ਕਿ ਉਹ ਉਹਨਾਂ ਨੇ ਸਮੁੰਦਰ ਵਿੱਚ ਸੁੱਟ ਦਿੱਤੇ ਤਾਂ ਕਿ ਉੱਥੇ ਜਾ ਕੇ ਕਿਸੇ ਮੁਸ਼ਕਿਲ ਵਿੱਚ ਨਾ ਫਸਣ ਸੋ ਅਗਲੀ ਜਾਣਕਾਰੀ ਵੀ ਲੈਣੀ ਚਾਹਾਂਗੇ ਕਿ ਫਿਰ ਉਹ ਜਦੋਂ ਜਹਾਜ਼ ਹਾਂਗਕਾਂਗ ਪਹੁੰਚਦਾ ਹੈ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਵਰਤਾਓ ਕੀਤਾ ਜਾਂਦਾ ਜਾਂ ਉਹਨਾਂ ਨੂੰ ਕੀ ਮੁਸ਼ਕਲ ਆਉਂਦੀਆਂ ਨੇ ਭਾਰਤ ਜਾ ਕੇ ਲੱਗਦਾ ਕਿ ਨਹੀਂ ਲੱਗਦਾ ਅਗਲੇ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਕਿ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਇਹ ਸਮਾਪਤ ਹੋ ਗਿਆ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸੋ ਪਿਆਰੇ ਦਰਸ਼ਕੋ ਉਮੀਦ ਕਰਦਾ ਕਿ ਤੁਹਾਨੂੰ ਇਤਿਹਾਸ ਦੀ ਇਹ ਸਾਰੀ ਜਾਣਕਾਰੀ ਜਿਹੜੀ ਤੁਸੀਂ ਪਸੰਦ ਆ ਰਹੀ ਹੋਵੇਗੀ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਜਾਣਾਂਗੇ ਕਿ ਇਹ ਜਹਾਜ਼ ਭਾਰਤ ਪਹੁੰਚਦਾ ਕਿ ਨਹੀਂ ਪਹੁੰਚਦਾ ਸੋ ਸਾਨੂੰ ਦਿਓ ਜੀ ਹੁਣ ਇਜਾਜ਼ਤ ਸਤਿ ਸ੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ
ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।